वेलकम आज एक बार फिर सारे का साडे एमकेन इमीग्रेशन के यूट्यूब चैनल पर। मेरा नाम प्रीतिपाल सिंह गिल, मैं मैंबर हाँ ICCRC का। आज इस वीडियो एक गल करनी है PPRs नूं लैके, जिन्हां दी स्पीड फिर चंगी होंदी हुई नज़र आ रही है। वीजा स्टैंपिंग नूं लैके भी गल करनी है और नाल दी नाल जिहड़े कुछ क्यूबिक दे रिजल्ट्स ने उन्हां दी भी गल करनी है, इनकलूडिंग जिहड़े थोड़े जिहे रिफ्यूजल आ रहे हैं। PPR दी स्पीड हुण फिर चंगी होंदी हुई नज़र आ रही है, फिर थोड़ी जी फास्ट हुई है। PPR दे आ रहे हैं जिहड़े क्विक ने रिजल्ट्स अज दी डेट दे विच, और वीजा स्टैंपिंग दा प्रोसैस भी थोड़ा जिहा क्विक होया इन कंपैरिजन टू जे आपां पिछले हफ्ता 10 दिन पहलां देखिए, जिथे 20-22 दिन लग रहे सी वीजा स्टैंपिंग नूं, हुण 11-12 दिन च वी पासपोर्ट स्टैंप हो के आ रहे हैं। और साडे कोल रीसेंटली अज ही आ पासपोर्ट आए ने, 5-6 पासपोर्ट ने जिहड़े वीजा स्टैंप हो के आए ने। इहनां चोड़े मैक्सिमम ने उह 12 दिन दे विच ही पासपोर्ट स्टैंप हो के आ गए ने। ਇਹ ਪ੍ਰੋਸੈਸ ਦੇ ਵਿੱਚ ਵੀ ਥੋੜ੍ਹੀ ਜਿਹੀ ਤੇਜ਼ੀ ਆਈ ਹੈ। ਇੱਕ ਗੱਲ ਮੈਂ ਇੱਥੇ ਜ਼ਰੂਰ ਕਹੂੰਗਾ, ਜਿਹੜੇ ਸਟੂਡੈਂਟ ਹੁਣ ਟਰੈਵਲ ਕਰ ਰਹੇ ਨੇ, ਕਿ ਜਦ ਤੱਕ ਤੁਹਾਡਾ ਪਾਸਪੋਰਟ ਸਟੈਂਪ ਹੋ ਕੇ ਤੁਹਾਡੇ ਹੱਥ 'ਚ ਨਹੀਂ ਆ ਜਾਂਦਾ, ਜਦ ਤੱਕ ਤੁਸੀਂ ਆਪਣੀ ਟਿਕਟ ਬੁੱਕ ਨਾ ਕਰਾਇਓ। ਟਿਕਟ ਤੁਹਾਨੂੰ ਹਰ ਵੀਕ ਦੇ ਵਿੱਚ ਕੋਟਾ ਨਿਕਲਦਾ ਵਾ, ਜਿਹੜੇ ਵੀ ਆਲਟਰਨੇਟ ਰੂਟ ਦੇ ਥਰੂ ਜਾਣਾ ਚਾਹੁੰਦੇ ਹੋ ਤੁਸੀਂ, 6-7 ਕੰਟਰੀਜ਼ ਹੈਗੀਆਂ ਜਿਨ੍ਹਾਂ ਦੇ ਆਲਟਰਨੇਟ ਰੂਟ ਥਰੂ ਤੁਸੀਂ ਅੱਜ ਡੇਟ ਟਰੈਵਲ ਕਰ ਸਕਦੇ ਹੋ। ਜਦ ਪਾਸਪੋਰਟ ਤੁਹਾਡਾ ਇੱਕ ਵਾਰ ਸਟੈਂਪ ਹੋ ਕੇ ਹੱਥ 'ਚ ਆ ਗਿਆ, ਦੈਨ ਤੁਸੀਂ ਆਪਣੀ ਟਿਕਟ ਅੱਗੇ ਬੁੱਕ ਕਰਾਇਓ। ਹੁਣ ਗੱਲ ਕਰਦੇ ਹਾਂ ਜਿਹੜੀ ਆਪਣੇ ਕਿਊਬਿਕ ਸਟੂਡੈਂਟਸ ਨੂੰ ਲੈ ਕੇ। ਕਿਊਬਿਕ ਸਟੂਡੈਂਟਸ ਦੇ ਰਿਜ਼ਲਟਸ ਵੀ ਜਿੱਦਾਂ ਮੈਂ ਦੱਸਿਆ ਸੀ ਲਾਸਟ ਵੀਡੀਓ ਵਿੱਚ ਵੀ ਕੱਲ੍ਹ, ਕਿ ਰੈਗੂਲਰ ਆਏ ਨੇ, ਅੱਜ ਵੀ ਸਾਡੇ 2-3 ਰਿਜ਼ਲਟਸ ਆਏ ਨੇ, ਉੱਥੇ PPRs ਆ ਰਹੀਆਂ ਨੇ। ਅਨਫੋਰਚੁਨੇਟਲੀ ਥੋੜ੍ਹੇ ਜਿਹੇ ਰਿਫਿਊਜ਼ਲ ਵੀ ਦੇਖਣ ਨੂੰ ਮਿਲ ਰਹੇ ਨੇ। ਹੋਰ ਵੀ ਸਾਨੂੰ ਕੁਝ ਸਟੂਡੈਂਟਸ ਨੇ ਕਾਲ ਕੀਤੀ ਆ ਜਿੱਥੇ ਰਿਫਿਊਜ਼ਲਸ ਵੀ ਆਏ ਨੇ। ਇੱਥੇ ਥੋੜ੍ਹਾ ਜਿਹਾ ਨਿਰਾਸ਼ਾ ਤਾਂ ਹੋ ਰਹੀ ਹੈ, ਕਿਉਂਕਿ ਇਹ ਸਟੂਡੈਂਟਸ ਬਹੁਤ ਦੇਰ ਤੋਂ ਆਪਣੀਆਂ ਔਨਲਾਈਨ ਕਲਾਸਿਸ ਲਗਾ ਰਹੇ ਸੀਗੇ। ਪਹਿਲਾਂ ਫਸਟ ਏਜ ਵੀਜ਼ਾ ਅਪਰੂਵਲ ਆ ਚੁੱਕਿਆ ਸੀਗਾ, ਆਸ ਬੜੀ ਬਣੀ ਹੋਈ ਸੀਗੀ ਔਰ ਮਨ 'ਚ ਬੜੀ ਚਿੰਤਾ ਔਰ ਨਿਰਾਸ਼ਾ ਵੀ ਸੀਗੀ, ਕਿਉਂਕਿ ਰਿਜ਼ਲਟਸ ਦੀ ਬਹੁਤ ਲੰਬੀ ਵੇਟ ਹੋ ਰਹੀ ਸੀਗੀ। ਇੰਨੀ ਦੇਰ ਬਾਅਦ ਜਿਹੜੇ ਬੱਚਿਆਂ ਨੂੰ ਅਪਰੂਵਲ ਆ ਰਹੇ ਨੇ, ਉਹਨਾਂ ਤਾਂ ਉਹ ਤਾਂ ਕਾਫੀ ਖੁਸ਼ ਨੇ, ਬਟ ਜਿੱਥੇ ਰਿਫਿਊਜ਼ਲ ਆ ਰਹੇ ਨੇ ਉੱਥੇ ਨਿਰਾਸ਼ਾ ਬਹੁਤ ਜ਼ਿਆਦਾ ਹੈਗੀ ਆ। ਸਾਡੇ ਕੋਲ ਵੀ 1-2 ਰਿਫਿਊਜ਼ਲ ਆਏ ਨੇ ਔਰ ਦੋਨੋਂ ਅਨਫੋਰਚੁਨੇਟਲੀ SDS ਕੈਂਡੀਡੇਟ ਦੇ ਰਿਫਿਊਜ਼ਲ ਨੇ, ਔਰ ਬੜੀ ਹੈਰਾਨੀ ਸੀਗੀ। ਜਿੱਥੇ ਇੱਕ ਕੈਂਡੀਡੇਟ ਤਾਂ ਐਕਸੈਪਸ਼ਨਲੀ ਗੁੱਡ, ਜਿੱਥੇ BTech ਹੈਗਾ ਵਾ ਕੈਂਡੀਡੇਟ ਔਰ SDS ਕੈਟੇਗਰੀ ਸੀਗਾ, ਅਕੈਡਮਿਕ ਸਕੋਰ ਵੀ ਕਲੋਜ਼ ਟੂ 70% ਆ। ਇਹ ਸਾਰੀਆਂ ਗੱਲਾਂ ਹੁਣ ਕਿਉਂ ਹੋ ਰਹੀਆਂ ਨੇ, ਜੋ ਅੰਦੇਸ਼ੇ ਆਪਾਂ ਲਗਾ ਰਹੇ ਸੀਗੇ, ਕਿਉਂਕਿ ਨੰਬਰ ਆਫ ਐਪਲੀਕੇਸ਼ਨ ਬਹੁਤ ਜ਼ਿਆਦੀਆਂ ਨੇ, ਪ੍ਰੈਸ਼ਰ ਬਣਿਆ ਹੋਇਆ ਵਾ ਇਮੀਗ੍ਰੇਸ਼ਨ ਕੈਨੇਡਾ ਦੇ ਉੱਪਰ ਕੁਇਕਲੀ ਜਲਦੀ ਰਿਜ਼ਲਟਸ ਰਿਲੀਜ਼ ਕਰਨ ਦਾ, ਬੈਕਲੋਗ ਜ਼ਿਆਦਾ ਵਾ, ਇਹ ਮੈਨੂੰ ਲੱਗਦਾ ਇੱਕ ਮੁੱਖ ਕਾਰਨ ਆ ਜਿਹਦੇ ਕਰਕੇ ਇਹ ਤੁਹਾਨੂੰ ਰਿਫਿਊਜ਼ਲ ਦੇਖਣ ਨੂੰ ਮਿਲ ਰਹੇ ਨੇ। ਦੂਜੇ ਪਾਸੇ ਮੈਂ ਗੱਲ ਕਰਾਂ, ਜਿੱਦਾਂ ਮੈਂ ਕੱਲ੍ਹ ਵੀ ਦੱਸਿਆ ਸੀ ਕਿ ਨੋਨ SDS ਕੇਸਿਸ ਦੇ ਵਿੱਚ ਵੀ ਵੀਜ਼ਾ ਅਪਰੂਵਲਸ ਆ ਰਹੇ ਨੇ, ਔਰ ਦੂਜੇ ਪਾਸੇ SDS ਦੇ ਵਿੱਚ ਕੁਛ ਰਿਫਿਊਜ਼ਲਸ ਵੀ ਦੇਖਣ ਨੂੰ ਮਿਲ ਰਹੇ ਨੇ। ਜਿੰਨੇ ਵੀ ਇੱਦਾਂ ਦੇ ਸਟੂਡੈਂਟ ਜਿਹਨਾਂ ਨੂੰ ਰਿਫਿਊਜ਼ਲ ਆ ਰਹੇ, ਮੈਂ ਜ਼ਰੂਰ ਕਹੂੰਗਾ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈਗੀ, ਤੁਸੀਂ ਰੀਐਪਲੀਕੇਸ਼ਨ ਕਰੋ ਆਪਦੀ। ਹਾਂ, ਇਹ ਜ਼ਰੂਰ ਮੇਕ ਸ਼ੋਰ ਕਰ ਲਿਓ ਕਿ ਜੋ ਉਹਦੇ 'ਚ ਕਮੀਆਂ ਪੇਸ਼ੇ ਸੀਗੀਆਂ ਤੁਹਾਡੀ ਐਪਲੀਕੇਸ਼ਨ ਦੇ ਵਿੱਚ, ਉਹਨਾਂ ਨੂੰ ਜ਼ਰੂਰ ਇੱਕ ਵਾਰ ਤੁਸੀਂ ਪੂਰਾ ਕਰ ਲਓ। ਜੋ ਮੈਂ ਦੇਖਣ 'ਚ ਜੋ ਮੇਰੇ ਆ ਰਿਹਾ ਵਾ, ਬਾਰਿੰਗ ਫਿਊ ਕੇਸਿਸ, ਅਦਰਵਾਈਜ਼ ਜਿੱਥੇ ਗੈਪਸ ਨੇ ਪੜ੍ਹਾਈ ਦੇ ਵਿੱਚ, 2-3 ਸਾਲ ਗ੍ਰੈਜੂਏਸ਼ਨ ਤੋਂ ਬਾਅਦ ਜਾਂ +2 ਤੋਂ ਬਾਅਦ, ਉੱਥੇ ਰਿਫਿਊਜ਼ਲ ਥੋੜ੍ਹੇ ਜ਼ਿਆਦਾ ਦੇਖਣ ਨੂੰ ਮਿਲ ਰਹੇ ਨੇ, ਜਾਂ ਜਿਹੜਾ ਪ੍ਰਾਇਰ ਕੋਈ ਰਿਫਿਊਜ਼ਲ ਸੀਗਾ, ਜਾਂ ਕਿਤੇ ਨਾ ਕਿਤੇ ਪ੍ਰੋਫਾਈਲ ਦੇ ਵਿੱਚ ਕੋਈ ਪਾਸ ਪਰਸੈਂਟੇਜ ਵਿੱਚ ਕਮੀ ਹੈਗੀ ਆ, ਉੱਥੇ ਇਹ ਕੇਸਿਸ ਵਿੱਚ ਥੋੜ੍ਹੇ ਜਿਹੇ ਰਿਫਿਊਜ਼ਲ ਜਿਹੜੇ ਨੇ ਉਹ ਜ਼ਿਆਦਾ ਦੇਖਣ ਨੂੰ ਮਿਲ ਰਹੇ ਨੇ। ਬਟ ਹਾਂ, ਇੱਦਾਂ ਦੇ ਕੇਸਿਸ ਵੀ ਜ਼ਰੂਰ ਹੈਗੇ ਨੇ ਜਿੱਥੇ ਆਈਲਟਸ ਦਾ ਬੈਂਡ ਵੀ ਸਕੋਰ ਵੀ ਚੰਗਾ ਵਾ ਔਰ ਤੁਹਾਡੀ ਪਾਸ ਪਰਸੈਂਟੇਜ ਵੀ ਚੰਗੀ ਆ, ਉਹਨਾਂ ਦਾ ਵੀਜ਼ਾ ਤਾਂ ਮੈਨੂੰ ਲੱਗਦਾ ਕਿ ਜ਼ਰੂਰ, ਚਾਹੇ ਸੈਕਿੰਡ ਅਟੈਂਪਟ 'ਚ ਆ ਜਾਵੇ, ਥਰਡ ਅਟੈਂਪਟ 'ਚ ਆ ਜਾਵੇ, ਜ਼ਰੂਰ ਆ ਜਾਊਗਾ। ਤੁਸੀਂ ਸਾਡੇ ਕੋਲੋਂ ਕੋਈ ਐਡਵਾਈਸ ਲੈਣਾ ਚਾਹੁੰਦੇ ਹੋ ਇਸ ਰਿਗਾਰਡਿੰਗ, ਤਾਂ ਜ਼ਰੂਰ ਤੁਸੀਂ ਮੈਨੂੰ ਮਿਲ ਕੇ ਸਾਡੇ ਕੋਲ ਵੀ ਐਡਵਾਈਸ ਲੈ ਸਕਦੇ ਹੋ। ਜਨਵਰੀ ਇਨਟੇਕ ਦੀਆਂ ਐਪਲੀਕੇਸ਼ਨ ਹਾਲੇ ਵੀ ਓਪਨ ਹੈਗੀਆਂ ਨੇ। ਇਸ ਵਾਰ ਜਨਵਰੀ ਇਨਟੇਕ ਦੇ ਵਿੱਚ ਕਿਉਂਕਿ ਸਟੂਡੈਂਟ ਡੈਫਰ ਬਹੁਤ ਹੋ ਗਏ ਸੀਗੇ, ਇਸ ਕਰਕੇ ਬਹੁਤ ਸਾਰੇ ਕਾਲਜਸ ਦੇ ਵਿੱਚ ਜਿਹੜੀਆਂ ਸੀਟਸ ਸੀਗੀਆਂ ਉਹ ਜਲਦੀ ਫਿਲ ਅਪ ਹੋ ਗਈਆਂ। ਮੁੱਖ ਕਾਰਨ ਇਹੀ ਸੀਗਾ, ਰਿਜ਼ਲਟਸ ਨਹੀਂ ਆਏ ਜਾਂ ਜਿਨ੍ਹਾਂ ਦੇ ਰਿਫਿਊਜ਼ਲ ਆਏ ਉਹਨਾਂ ਨੇ ਡੈਫਰ ਕਰਾ ਲਈਆਂ ਆਪਣੀ ਐਪਲੀਕੇਸ਼ਨਸ। ਇਹ ਇੱਕ ਮੇਜਰ ਰੀਜ਼ਨ ਆ, ਖਾਸ ਤੌਰ 'ਤੇ ਜਿਹੜੇ ਓਨਟੈਰੀਓ ਦੇ ਕਾਲਜ ਸੀਗੇ, ਇੱਥੇ ਜਨਵਰੀ ਇਨਟੇਕ ਦੀਆਂ ਸੀਟਸ ਬਹੁਤ ਜਲਦੀ ਬਹੁਤ ਕੁਇਕਲੀ ਫਿਲ ਹੋ ਗਈਆਂ, ਸਾਡੇ ਤੋਂ 1-2 ਮਹੀਨੇ ਪਹਿਲਾਂ ਫਿਲ ਹੋ ਗਈਆਂ ਸੀਗੀਆਂ। ਮੇਨ ਇਨਟੇਕ 'ਚ ਵੀ ਅਗਰ ਤੁਸੀਂ ਨਾ ਸੋਚੋ ਕਿ ਮੇਨ ਇਨਟੇਕ ਬਹੁਤ ਦੂਰ ਆ, ਸੇਮ ਸਿਚੁਏਸ਼ਨ ਮੇਨ ਇਨਟੇਕ ਲਈ ਵੀ ਹੋ ਰਹੀ ਆ, ਔਰ ਅੱਗੇ ਜਾ ਕੇ ਇਹ ਹੋਰ ਵੀ ਹੋਣੀ ਆ, ਕਿ ਜਿੱਥੇ ਜਿਹੜੇ ਰਿਜ਼ਲਟਸ ਲੇਟ ਨੇ, ਜਿਨ੍ਹਾਂ ਸਟੂਡੈਂਟਸ ਨੂੰ ਹੁਣ ਜਨਵਰੀ ਇਨਟੇਕ ਦੇ ਵਿੱਚ ਡੈਫਰ ਨਹੀਂ ਮਿਲਦੀ, ਉਹ ਮੇਨ ਇਨਟੇਕ ਦੀ ਡੈਫਰ ਲੈਣਗੇ। ਅਤੇ ਅਗਰ ਤੁਸੀਂ ਤੁਹਾਡੇ ਕੋਲ ਆਇਲਟਸ ਹੈਗੀ ਆ ਔਰ ਬਾਕੀ ਤੁਹਾਡੇ ਨੋਰਮਸ ਪੂਰੇ ਨੇ, ਅਤੇ ਅਗਰ ਜਨਵਰੀ ਇਨਟੇਕ ਤੁਹਾਨੂੰ ਪ੍ਰੈਫਰ ਡੈਸਟੀਨੇਸ਼ਨ 'ਤੇ ਨਹੀਂ ਮਿਲ ਰਿਹਾ, ਤਾਂ ਮੈਂ ਜ਼ਰੂਰ ਕਹੂੰਗਾ ਮਈ ਇਨਟੇਕ ਲੈ ਲਓ, ਅਦਰਵਾਈਜ਼ ਤੁਹਾਨੂੰ ਇਹ ਨਾ ਹੋਵੇ ਤੁਹਾਨੂੰ ਮਈ ਇਨਟੇਕ ਲਈ ਵੀ ਨਿਰਾਸ਼ਾ ਦੇਖਣੀ ਪਵੇ।
ਬਾਕੀ ਇਸ ਤੋਂ ਇਲਾਵਾ BC ਦੇ ਵਿੱਚ ਬਾਕੀ ਇੰਟਾਇਰ ਕੈਨੇਡਾ ਦੇ ਵਿੱਚ ਵੀ ਸਾਡੇ ਕੋਲ ਬਹੁਤ ਸਾਰੇ ਅਜਿਹੇ ਕਾਲਜਸ ਹੈਗੇ ਨੇ ਜਿੱਥੇ ਸਟਿਲ ਜਨਵਰੀ ਇਨਟੇਕ ਦੀਆਂ ਐਪਲੀਕੇਸ਼ਨਜ਼ ਐਕਸੈਪਟ ਹੋ ਰਹੀਆਂ ਨੇ। ਤੁਸੀਂ ਕੋਈ ਵੀ ਐਪਲੀਕੇਸ਼ਨ ਪ੍ਰੋਸੈਸ ਕਰਾਉਣਾ ਚਾਹੁੰਦੇ ਹੋ ਜ਼ਰੂਰ ਸਾਨੂੰ ਮਿਲ ਸਕਦੇ ਹੋ, ਸਾਡੇ ਨੰਬਰ ਸਾਹਮਣੇ ਡਿਸਪਲੇ ਹੋ ਰਹੇ ਨੇ। ਅਨਫੋਰਚੁਨੇਟਲੀ ਕਿਸੇ ਟੈਕਨੀਕਲ ਵਜ੍ਹਾ ਕਰਕੇ ਅਸੀਂ ਲਾਈਵ ਪ੍ਰੋਗਰਾਮ ਦੁਬਾਰਾ ਆਪਦਾ ਹਾਲੇ ਨਹੀਂ ਕਰ ਪਾ ਰਹੇ ਐਟ ਦਿਸ ਮੂਮੈਂਟ। ਤੁਸੀਂ ਕੋਈ ਵੀ ਆਪਦਾ ਕੁਐਸਚਨ ਪੁੱਛਣਾ ਚਾਹੁੰਦੇ ਹੋ ਵਟਸਐਪ ਸਾਨੂੰ ਕਰ ਸਕਦੇ ਹੋ, ਸੇਮ ਜਿਹੜਾ ਸਾਡਾ ਨੰਬਰ ਹੈਗਾ 7696007373, ਜਾਂ ਸਾਡੀ ਜਿਹੜੀ ਵੈਬਸਾਈਟ immigration.com ਉੱਥੇ ਮੈਸੇਜ ਬਾਕਸ ਵਿੱਚ ਜਾ ਕੇ ਮੈਸੇਜ ਵੀ ਕਰ ਸਕਦੇ ਹੋ। ਮੈਂ ਇਨਸ਼ੋਰ ਕਰੂੰਗਾ ਕਿ ਇਹਨਾਂ ਚੀਜ਼ਾਂ ਦੇ ਜਿਹੜੇ ਆਨਸਰਸ ਨੇ ਅਸੀਂ ਤੁਹਾਨੂੰ ਜ਼ਰੂਰ ਰਿਸਪੋਂਡ ਬੈਕ ਕਰੀਏ। ਜਾਣ ਤੋਂ ਪਹਿਲਾਂ ਮੈਂ ਜ਼ਰੂਰ ਕਹੂੰਗਾ ਕਿ ਸਾਡਾ ਜਿਹੜਾ ਇਹ ਯੂਟਿਊਬ ਦਾ ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰੋ, ਫੇਸਬੁੱਕ 'ਤੇ ਵੀ ਅਸੀਂ ਹੈਗੇ ਹਾਂ, ਇੰਸਟਾਗ੍ਰਾਮ 'ਤੇ ਵੀ ਹੈਗੇ ਹਾਂ, ਔਰ ਜਿਹੜੇ ਸਟੂਡੈਂਟ ਦੇ ਵੀਜ਼ਾ ਅਪਰੂਵਲ ਆ ਰਹੇ ਨੇ ਉਹਨਾਂ ਸਾਰਿਆਂ ਨੂੰ ਮੈਂ ਆਪਦੀ ਮੁਬਾਰਕਾਂ ਸੈਂਡ ਕਰਦਾ ਵਾਂ। ਜਿਨ੍ਹਾਂ ਸਟੂਡੈਂਟਸ ਨੇ ਅਨਫੋਰਚੁਨੇਟਲੀ ਰਿਫਿਊਜ਼ਲ ਆ ਰਹੇ, ਮੈਂ ਉਹਨਾਂ ਨੂੰ ਇਹ ਜ਼ਰੂਰ ਕਹੂੰਗਾ ਕਿ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈਗੀ। ਵੀਜ਼ਾਜ਼ ਰੈਗੂਲਰਲੀ ਇੱਦਾਂ ਦੇ ਸਟੂਡੈਂਟਸ ਨੂੰ ਜਿਹਨਾਂ ਦਾ ਰਿਫਿਊਜ਼ਲ ਆਉਂਦਾ ਵਾ, ਗ੍ਰਾਂਟ ਹੁੰਦੇ ਨੇ, ਅਗਰ ਤੁਹਾਡੀ ਕੋਈ ਕਮੀ ਪੇਸ਼ੀ ਹੈ ਲੈਂਗੁਏਜ ਐਬਿਲਿਟੀ ਨੂੰ ਲੈ ਕੇ, ਤਾਂ ਜ਼ਰੂਰ ਤੁਸੀਂ ਉਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰੋ। ਸਾਡੇ ਕੋਲੋਂ ਕੋਈ ਇੱਦਾਂ ਦੀ ਸਲਾਹ ਲੈਣਾ ਚਾਹੁੰਦੇ ਹੋ, ਅਸੀਂ ਬਹੁਤ ਸਾਰੇ ਰਿਫਿਊਜ਼ਲ ਕੇਸਿਸ ਸਕਸੈਸਫੁਲੀ ਅਪਰੂਵ ਕਰਾਉਂਦੇ ਹਾਂ, ਤਾਂ ਜ਼ਰੂਰ ਤੁਸੀਂ ਪ੍ਰਾਇਰ ਪੜ੍ਹਨ ਨੂੰ ਬਣਾ ਕੇ ਮੈਨੂੰ ਜਾ ਕੇ ਮਿਲ ਸਕਦੇ। ਥੈਂਕ ਯੂ, ਸਤਿ ਸ਼੍ਰੀ ਅਕਾਲ।